ਬਿਲਕੁਲ ਖਾਦਾਂ ਵੀ ਮਹਿੰਗੀਆਂ ਹਨ ਸੀ ਬੀਜ ਵੀ ਮਹਿੰਗੇ ਹਨ ਇਵੇਂ ਹੁਣ ਡੀਜ਼ਲ ਮਹਿੰਗੇ ਥੀ ਗਾਂ ਗੰਦਮ ਦਾ ਰੇਟ ਹੀ ਬੜਾ ਗੰਦਮ ਦਾ ਰੇਟ ਸੀ ਹੁਣ ਅਸਾਕੂ ਤੇ ਜ਼ਿਆਦਾ ਹੈ ਸਾਡੇ ਵਾਸਤੇ ਲੇਕਿਨ ਇਹ ਕਿ ਗਰੀਬ ਦਾ ਤੇ ਮਸਲਾ ਹੈ ਵਾਲੇਕੁਮ ਸਲਾਮ ਭਾਈ ਜਾਨ ਠੀਕ ਅਲਹਮਦੁਲਿਲਾ ਸ਼ੁਕਰ ਅੱਲਾਹ ਇਮਤਿਆਜ਼ ਹਸਨ ਡੇਰਾ ਗਾਜ਼ੀ ਖਾਨ ਜੀ ਥ੍ਰੈਸ਼ਰ ਲੈਣ ਆਇਆ ਭਾਈ ਰਾਮਾਤੁਲਾ ਡੋਗਰ ਕਲੇ ਜੈ ਜੈ ਇਹ ਆਰ 22 ਨਵਾਂ ਮਾਡਲ ਸਾਡ ਨਿਕਤੇ ਉਹ ਮਾਡਲ ਕਿਤੇ ਸੀ ਆਰ 22 ਅੱਛਾ ਭਾਈ ਜੀ ਨੇ ਦੱਸੋ ਵੀ ਕਿੰਨੀ ਕੁ ਜ਼ਮੀਨ ਆ ਸਾਰੀ ਜ਼ਮੀਨ ਮੁਰੱਬਾ ਥੀ ਨੇ ਸੀ ਜੈ ਤੇ ਭਾਈ ਕਿੰਨੀ ਗੰਦਮ ਲਗਾਈ ਹੋਈ ਗੰਦਮ ਵੀ ਸਾਡੇ ਕਨੇ 40 ਵੀ ਗਏ ਜੈ ਜੈ ਤੇ ਇਹ ਭਈਆ ਕਿਹੜੇ ਟਰੈਕਟਰ ਨਾਲ ਇਸਤੇਮਾਲ ਕਰਦੇ ਟਰੈਕਟਰ ਸਾਡੇ ਕਲੇ 375 ਹੈ ਸੀ ਅੱਛਾ ਜੀ ਜੈ ਜੈ ਤੇ 375 ਨਾਲ ਹੀ ਕਰਾਂਗੇ ਤੇ ਉਵੇਂ ਜਿਹੜਾ ਨਾ ਭਾਈ ਹੋਣੀ ਨਾਲ ਗੱਲ ਥਈ ਹੋਵਾ ਤਾਂ ਜਿਹੜਾ ਟਰੈਕਟਰੀ ਲਾਓ 240 ਦੇ ਬਗੈਰ ਇਹ ਸਪੈਸ਼ਲ ਮਾਡਲ ਦੇ ਤੇ ਜਿਹੜਾ ਟਰੈਕਟਰੀ ਲਾਓ ਜੇ ਜ਼ਬਰਦਸਤ ਚੱਲੇ ਸੀ ਅੱਛਾ ਭਾਈ ਇਹਨੇ ਪਹਿਲੇ ਵੀ ਇਸਤੇਮਾਲ ਕੀਤੀ ਪਹਿਲੇ ਵੀ ਸਾਰੇ ਗਲੇ ਹੈ ਰਾਮਾਤੁਲਾ ਡੋਗਰ ਵਾਲੇ ਇੰਤਰੇਸ਼ਾਰੇ ਉਹ ਸਾਰੇ ਗਲੇ ਹੈ 17 ਮਾਡਲ ਜੈ ਜੈ ਪਰਫਾਰਮੈਂਸ ਜ਼ਬਰਦਸਤ ਹੈ ਇਹਨਾਂ ਦੀ ਜ਼ਬਰਦਸਤ ਜ਼ਬਰਦਸਤ ਸਾਰੇ ਗਲੇ ਹੈ ਪਹਿਲੇ ਵੀ ਅਸਾਂ ਕੋ ਤਕਰੀਬਨ ਕੋ 2-3 ਸਾਲ ਚੱਲੇ ਸੀ ਜ਼ਬਰਦਸਤ ਚੱਲੀ ਹੈ ਸਾਰੇ ਕਿਨੇ ਵੱਲ ਉਸਾ ਸੇਲ ਕਰ ਛੋੜੀ ਆਈ ਹੁਣ ਵੱਲ ਦੁਬਾਰਾ ਨਵੀਂ ਕੀਤੀ ਸਾ ਜੈ ਜੈ ਨਾ ਬੇੜਾ ਜ਼ਬਰਦਸਤ ਕਰਨ ਦੀ ਸਾਰੇ ਕਿਨੇ ਜੈ ਜੈ ਸੁੱਕਿਆ ਹੋਵੇ ਨਾ ਰੜੀ ਤੇ ਪਿੱਛੇ ਜ਼ਬਰਦਸਤ ਕੰਮ ਚੱਲਦਾ ਹੈ ਜੈ ਜੈ ਰੇਟ ਭਾਈ ਬੜੇ ਰੇਟ ਹੋ ਗਏ ਹੋਏ ਆ ਕਿੰਨੇ ਮਿਲੀ ਅਸਾਂ 8.5 ਲੱਖ ਦੀ ਕੀਤੀ ਹੈ ਜੈ ਜੈ ਸਾਰੀ ਬੁਕਿੰਗ ਹੀ ਪਹਿਲੇ ਦੀ 4 ਮਹੀਨੇ ਪਹਿਲੇ ਦੀ ਅੱਛਾ 4 ਮਹੀਨੇ ਪਹਿਲੇ ਜੈ ਜੈ ਹੁਣ ਤੇ ਪਤਾ ਨਹੀਂ ਕਿਆ ਰੇਟ ਬਣ ਗਏ ਜੈ ਜੈ ਭਾਈ ਇਹਨੂੰ ਬੜਾ ਰੇਟ ਹੋ ਗਿਆ ਯਾਰ ਜ਼ਮੀਨਦਾਰ ਬੜਾ ਪਰੇਸ਼ਾਨ ਆ ਜੈ ਰੇਟ ਬਹੁਤ ਜ਼ਿਆਦਾ ਥੇ ਗਏ ਸੀ ਹਾਂਜੀ ਤੇ ਕੋਈ ਹਕੂਮਤ ਵਾਸਤੇ ਪੈਗਾਮ ਬਾ ਹਕੂਮਤ ਦੇਖੇ ਸੀ ਜ਼ਿਮੀਦਾਰਾਂ ਨੂੰ ਕੋਈ ਸਬਸਿਡੀ ਦੇਵੇ ਰੇਟ ਇਹਨਾਂ ਦੇ ਤਲੇ ਥੀ ਸਨ ਜ਼ਿਮੀਦਾਰ ਖੁਸ਼ਹਾਲ ਥੀ ਸਨ ਤੇ ਮੁਲਕ ਦੀ ਮਾਸ਼ਾ ਠੀਕ ਥੀ ਸੀ ਅੱਛਾ ਭਾਈ ਇਹਨੇ ਇਸ ਗੱਲ ਦੀ ਕੋਈ ਸ਼ਰਮ ਨਹੀਂ ਕੋਈ ਨਹੀਂ ਬਹੁਤ ਖਾਦਾਂ ਬਿਲਕੁਲ ਬਿਲਕੁਲ ਖਾਦਾਂ ਵੀ ਮਹਿੰਗੀਆਂ ਸੀ ਬੀਜ ਵੀ ਮਹਿੰਗੇ ਹਨ ਇਵੇਂ ਹੁਣ ਡੀਜ਼ਲ ਮਹਿੰਗੇ ਥੀ ਗਾਂ ਗੰਦਮ ਦਾ ਰੇਟ ਸੀ ਹੁਣ ਅਸਾਕੂ ਤੇ ਜ਼ਿਆਦਾ ਹੈ ਸਾਡੇ ਵਾਸਤੇ ਲੇਕਿਨ ਇਹ ਕਿ ਗਰੀਬ ਦਾ ਤੇ ਮਸਲਾ ਹੈ ਉਹ ਜਿਹੜੇ ਖਿੰਦੇ ਉਹਨਾਂ ਵਾਸਤੇ ਮਸਲਾ ਸਾਡੇ ਵਾਸਤੇ ਵੀ ਹੈ ਕਿਉਂਕਿ ਅਸਾਂ ਡੀਜ਼ਲ ਮਹਿੰਗੇ ਕੀਤੀ ਖੜੇ ਖਾਦ ਮਹਿੰਗੇ ਹਨ ਉਹ ਹਿਸਾਬ ਨਾਲ ਵਾਲਾ ਅਸਾਕੂ ਹੀ ਯਾਨੀ ਪੂਰੀ ਪੂਰੀ ਬੱਚਾ ਥੀਂਦੀਆਂ ਸਹੀ ਗੱਲ ਹੈ ਜੀ ਬਸ ਗਵਰਨਮੈਂਟ ਇਹਦੀ ਤੇ ਬੈਠੀ ਅਸੀਂ ਸਾਰੀਆਂ ਚੀਜ਼ਾਂ ਨੋਟ ਕਰਨ ਬੈਠਣ ਕੋਈ ਕਰਨ ਕੁਝ ਇਹਨਾਂ ਵਾਸਤੇ ਗਰੀਬਾਂ ਵਾਸਤੇ ਕਿਸਾਨਾਂ ਵਾਸਤੇ ਕੋਈ ਇਹੋ ਜਿਹਾ ਕੋਈ ਪ੍ਰੋਜੈਕਟ ਦੇਵੇਨ ਕੋਈ ਸਬਸਿਡੀਆਂ ਦੇਵੇਨ ਜਾਂ ਕੋਈ ਕਰਜ਼ੇ ਦੇਵੇਨ ਇਹਨਾਂ ਕੋਈ ਖੁਸ਼ਹਾਲ ਥੀ ਜ਼ਿੰਮੇਦਾਰ ਹੈ ਭਾਈ ਕੋ ਪੈਗਾਮ ਇਹ ਹੈ ਕਿ ਜਿਹੜਾ ਵੀ ਫੇਰਾ ਸਾਡਾ ਡੇਰਾ ਗਾਜ਼ੀ ਖਾਨ ਦਾ ਥ੍ਰੈਸ਼ਰ ਗਿੰਦੇ ਉਹ ਮੀਆਂ ਰਹਿਮਤੁਲਾ ਡੋਗਰ ਵਾਲੀ ਦੀ ਇਹ ਥ੍ਰੈਸ਼ਰ ਗਿੰਦਾ ਮਿਹਰਬਾਨੀ।